ਜੈਤੋ ਮੋਰਚੇ ਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਥੇ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਇਤਿਹਾਸਿਕ ਗੁਰਦੁਆਰਾ ਟਿੱਬੀ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ। ਇਸ ਮੌਕੇ SGBC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸਨ। ਸੰਗਤ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਜੈਤੋ ਮੋਰਚੇ ਦੇ ਇਤਿਹਾਸ ਨੂੰ ਯਾਦ ਕਰਨ ਦੇ ਨਾਲ ਨਾਲ ਮੌਜੂਦਾ ਸਮੇਂ ਸਿੱਖ ਕੌਮ ਨੂੰ ਜਿਹੜੀਆਂ ਚੁਣੌਤੀਆਂ ਦਰਪੇਸ਼ ਆ ਰਹੀਆਂ ਨੇ ਉਸ ਦੀ ਗੱਲ ਵੀ ਕੀਤੀ। ਧਾਮੀ ਨੇ ਕਿਹਾ ਕਿ ਸਿੱਖ ਕੌਮ ਅੰਦਰ ਹੱਕ ਸੱਚ ਦੀ ਪਹਿਰੇਦਾਰੀ ਵਾਸਤੇ ਵੱਡੀਆਂ ਕੁਰਬਾਨੀਆਂ ਹੋਈਆਂ ਨੇ। ਕੌਮ ਅੰਦਰ ਸ਼ਹਾਦਤਾਂ ਦਾ ਮੁੱਢ ਗੁਰੂ ਸਾਹਿਬਾਨਾਂ ਨੇ ਆਪ ਬੰਨਿਆ, ਜਿਸ ਨੂੰ ਸਿੱਖਾਂ ਨੇ ਕਾਇਮ ਰੱਖਿਆ। ਧਾਮੀ ਨੇ ਕਿਹਾ ਕਿ ਜੈਤੋ ਦਾ ਮੋਰਚਾ ਇਸੇ ਹੀ ਸ਼ਾਨਾ ਮੱਤੇ ਇਤਿਹਾਸ ਦੀ ਗਵਾਹੀ ਭਰਦਾ ਹੈ। ਸਿੱਖ ਕੌਮ ਦਾ ਇਤਿਹਾਸ ਸੰਗਤਾਂ ਤੇ ਨੌਜਵਾਨਾਂ ਦੇ ਲਈ ਪ੍ਰੇਰਣਾ ਸਰੋਤ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵੀ ਸਿੱਖ ਧਰਮ 'ਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੇ, ਜਿਨ੍ਹਾਂ ਨੂੰ ਪਛਾਣ ਕੇ ਇਕਜੁੱਟਤਾ ਦੇ ਨਾਲ ਮੁਕਾਬਲਾ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਅੱਜ ਕੌਮ ਦੇ ਲਈ ਬੇਹੱਦ ਜ਼ਰੂਰੀ ਹੈ, ਇਸ ਦੇ ਲਈ ਸਾਰੀ ਸਿੱਖ ਕੌਮ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਮੇਰਾ ਕਹਿਣ ਤੋਂ ਭਾਵ ਇਹ ਜੈਤੋਂ ਦਾ ਮੋਰਚਾ ਜਿਹਦਾ ਬਹੁਤ ਵੱਡਾ ਇੱਕ ਮਹੱਤਵ ਆ। ਮਹੱਤਵ ਕੀ ਆ ਕਿ ਮੌਤ ਆਉਂਦੀ ਮਨੁੱਖ ਵੱਲ ਨੂੰ ਦੇਖੀ, ਪਰ ਮੌਤ ਵੱਲ ਨੂੰ ਗੁਰੂ ਕੇ ਸਿੱਖ ਤੁਰਦੇ ਆ। ਇਹ ਗੁਰੂ ਸੂਰਿਆਂ ਨੂੰ ਜਿਹੜਾ ਸਿਧਾਂਤ ਸਾਕਤੂਰੀ ਨੇ ਬਖਸ਼ਿਸ਼ ਕੀਤਾ ਸੀ ਕਿ ਇਸ ਅਸਥਾਨ ਦੇ ਉੱਤੇ ਅਖੰਡ ਪਾਠ ਖੰਡਿਤ ਕੀਤੇ, ਉਹ ਇੱਕ ਕਿਉਂਕਿ ਲੰਬੀ ਬੋਲਣ ਦਾ ਸਮਾਂ ਨਹੀਂ ਮਹਾਰਾਜੇ ਨਾਲ ਸੰਬੰਧਿਤ ਨਾਭੇ ਨਾਲ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ। ਮੈਂ ਸੇਤਕ ਦੇਖਦਾ ਉਹਨਾਂ ਸਿੱਖਾਂ ਦਾ, ਉਸ ਮਾਤਾ ਨੂੰ ਨਮਸਕਾਰ ਕਰਦਾ ਜਿਹੜੀ ਆਪਣੇ ਬੱਚੇ ਦੀ ਸ਼ਹਾਦਤ ਤੋਂ ਬਾਅਦ ਥੱਲੇ ਧਰਤੀ 'ਤੇ ਬੱਚੇ ਨੂੰ ਲਟਾ ਕੇ ਕੀ ਕਹਿ ਰਹੀ, ਸਤਿਗੁਰ ਜੀ ਇਹਦਾ ਸਿਦਕ ਨਿਭ ਗਿਆ, ਮੇਰਾ ਸਿਦਕ ਨਿਭਾ ਦੇ। ਇਹ ਸਾਨੂੰ ਸਤਿਗੁਰ ਜੀ ਨੇ ਪਵਿੱਤਰ ਜਾਂਚ ਬਖਸ਼ਿਸ਼ ਕੀਤੀ ਸੀ, ਇਹ ਸਿਧਾਂਤ ਬਖਸ਼ਿਸ਼ ਕੀਤੇ ਸੀ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਮਾਣ ਅਤੇ ਸਤਿਕਾਰ ਬਖਸ਼ਿਸ਼ ਕੀਤਾ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ। ਭਾਵੇਂ 21 ਤਰੀਕ ਨੂੰ ਵੱਡੇ ਸਮਾਗਮ ਹੋਣੇ ਆ, ਪਰ 19, 20 ਅਤੇ 21 ਤਰੀਕ ਨੂੰ ਇਹ ਤਿੰਨ ਸਮਾਗਮ ਵੱਡੇ, ਅੱਜ ਮਹਾਨ ਨਗਰ ਕੀਰਤਨ ਉਹਨਾਂ ਦੀ ਯਾਦ ਦੇ ਵਿੱਚ, ਕੱਲ੍ਹ ਨੂੰ ਫਿਰ ਉੱਥੇ ਸਾਰੇ ਹੀ ਗੱਤਕੇ ਅਤੇ ਕੀਰਤਨ ਦਰਬਾਰ ਅਤੇ ਹੋਰ ਸਾਰੇ, 21 ਨੂੰ ਵੱਡਾ ਸਮਾਗਮ ਹੋਣਾ। ਸੋ ਮੈਂ ਧੰਨਵਾਦ ਕਰਦਾ ਮੇਰੇ ਵੀਰ ਸਰਦਾਰ ਰਜਿੰਦਰ ਸਿੰਘ ਮਹਿਤਾ ਜਿਹੜੇ ਜਨਰਲ ਸਕੱਤਰ ਆ, ਕਿਉਂਕਿ ਮੈਨੂੰ ਤਾਂ ਸਮਾਂ ਨਹੀਂ ਮਿਲਿਆ, ਬਾਰ ਬਾਰ ਦੌੜਾ ਰਿਹਾ। ਉਹਨਾਂ ਨੇ ਅਤੇ ਧਰਮ ਪ੍ਰਚਾਰ ਕਮੇਟੀ ਬਲਵਿੰਦਰ ਸਿੰਘ ਕਾਲਮਾ ਅਤੇ ਸਾਡੇ ਇਸੇ ਹਲਕੇ ਦੇ ਦੋਵੇਂ ਸਤਿਕਾਰਯੋਗ ਮੈਂਬਰ ਸਾਹਿਬ ਸਰਦਾਰ ਸ਼ੇਰ ਸਿੰਘ ਜੀ ਮੰਡ ਔਰ ਮੇਰੀ ਭੈਣ ਬੀਬੀ ਗੁਰਿੰਦਰ ਕੌਰ ਭੋਲੂਵਾਲ, ਉਹਨਾਂ ਨੇ ਸਾਰਿਆਂ ਨੇ ਪ੍ਰੋਗਰਾਮ ਉਲੀਕੇ ਆ। ਗੁਰੂ ਸਾਹਿਬ ਕਿਰਪਾ ਕਰਨ। ਸਰਦਾਰ ਕੇਵਲ ਸਿੰਘ ਜੀ ਬਾਦਲ ਮੇਰਾ ਛੋਟਾ ਵੀਰ, ਉਹ ਵੀ ਚੇਚੇ ਤੌਰ 'ਤੇ ਪਹੁੰਚੇ ਆ। ਸਾਰਿਆਂ ਦਾ ਧੰਨਵਾਦ ਕਰਦਾ। ਇੱਕ ਬੇਨਤੀ ਨਿਮਰਤਾ ਸਹਿਤ ਕਰੂੰਗਾ ਕਿ ਕੀਰਤਨ ਦਰਬਾਰ ਜਾਂ ਨਗਰ ਕੀਰਤਨ, ਨਗਰ ਕੀਰਤਨ ਦੇ ਵਿੱਚ ਜਾਣਾ ਕਿਹਨਾਂ ਦੀ ਯਾਦ ਵਿੱਚ ਆ, ਉਹਨਾਂ ਦੀ ਯਾਦ ਵਿੱਚ ਜਾਣਾ ਜਿਨ੍ਹਾਂ ਨੇ ਮੌਤ ਨੂੰ ਮੋਹਰੇ ਭਜਾਇਆ, ਜਿਨ੍ਹਾਂ ਨੂੰ ਮੌਤ ਨੂੰ ਸੱਦਾ ਦਿੱਤਾ ਕਿ ਆ ਜਾ ਮੌਤੇ ਮੈਂ ਤੈਨੂੰ ਗੱਲ ਲਾਉਣ ਨੂੰ ਤਿਆਰ ਹਾਂ। ਪਵਿੱਤਰ ਗੁਰਬਾਣੀ ਦਾ ਵਾਹਿਗੁਰੂ ਸਤਨਾਮ ਦਾ ਜਾਪ, ਮੂਲ ਮੰਤਰ ਦਾ ਜਾਪ ਕਰਦੇ ਜਾਈਏ। ਖਾਣ ਨੂੰ ਬਹੁਤ ਕੁਝ ਗੁਰੂਕੀਆਂ ਸੰਗਤਾਂ ਨਿਸ਼ਾਵਰ ਕਰਦੀਆਂ, ਅੱਜ ਖਾਣ ਦਾ ਸਮਾਂ ਨਹੀਂ। SGPC ਵੱਲੋਂ ਜੈਤੋ ਮੋਰਚੇ ਦੀ ਸ਼ਤਾਬਦੀ ਮੌਕੇ ਸ਼ਹੀਦਾਂ ਨੂੰ ਸਮਰਪਿਤ ਚਿੱਤਰ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਵਿੱਚ ਮੋਰਚੇ ਦਾ ਇਤਿਹਾਸ ਪ੍ਰਦਰਸ਼ਿਤ ਕੀਤਾ ਗਿਆ ਤੇ ਇੱਕ ਕਿਤਾਬ ਖੂਨੀ ਦਾਸਤਾਨ ਵੀ ਰਿਲੀਜ਼ ਕੀਤੀ ਗਈ।